2023 ਬਾਬਾ ਵੇਂਗਾ ਦੀਆਂ ਭਵਿੱਖ ਬਾਣੀਆਂ ਜਿਨ੍ਹਾਂ ਨੂੰ ਸੱਚ ਕਰਕੇ ਮੰਨਿਆ ਜਾ ਰਿਹਾ ਹੈ ਸੋ ਆਪਾਂ ਕੁਝ ਬੇਨਤੀਆਂ ਇੱਥੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਬਾਬਾ ਵੇਂਗਾ ਦੀਆਂ 2023 ਦੀਆਂ ਖਤਰਨਾਕ ਭਵਿੱਖ ਬਾਣੀਆਂ ਨੇ ਇਹਨਾਂ ਵਿੱਚੋਂ ਪਹਿਲਾਂ ਪਿੱਛੇ ਕੁਝ ਸੱਚ ਹੋ ਚੁੱਕੀਆਂ ਨੇ ਪਰ ਇਹ ਹੁਣ ਕੁਝ ਚੀਜ਼ਾਂ ਨੇ ਜੋ ਸਾਨੂੰ ਦਿਖਾਈਆਂ ਜਾ ਰਹੀਆਂ ਨੇ ਸੋ ਇਸ ਵਿਸ਼ੇ ਤੇ ਆਪਾਂ ਜ਼ਰੂਰ ਵਿਚਾਰਾਂ ਸਾਂਝੀਆਂ ਕਰਾਂਗੇ ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਬਾ ਵੇਂਗਾ ਨੇ 12 ਸਾਲ ਦੀ ਉਮਰ ਵਿੱਚ ਆਪਣੀਆਂ ਦੋਵੇਂ ਅੱਖਾਂ ਗਵਾ ਦਿੱਤੀਆਂ ਸਨ ਉਹਨਾਂ ਦਾ ਜਨਮ 31 ਜਨਵਰੀ 1911 ਨੂੰ ਸ਼੍ਰੋਮਿਕਾ ਉਤਰੀ ਜਿੱਥੇ ਕਿ ਮੈਸੀਡੋਨੀਆ ਦੇ ਵਿੱਚ ਹੋਇਆ ਸੀ 11 ਅਗਸਤ 1996 ਨੂੰ ਉਹਨਾਂ ਦੀ ਮੌਤ ਹੋ ਜਾਂਦੀ ਹੈ ਕਿਹਾ ਜਾਂਦਾ ਹੈ ਕਿ ਬਾਬਾ ਵੇਂਗਾ ਭਵਿੱਖ ਨੂੰ ਦੇਖ ਸਕਦਾ ਸੀ ਆਪਣੀ ਮੌਤ ਤੋਂ ਪਹਿਲਾਂ ਬਾਬਾ ਵੇਂਗਾ ਨੇ ਸਾਲ ਜਿੱਥੇ ਕਿ 5079 ਤੱਕ ਭਵਿੱਖਬਾਣੀਆਂ ਕੀਤੀਆਂ ਨੇ ਬਾਬਾ ਵੇਂਗਾ ਨੇ ਸਾਲ 2023 ਨੂੰ ਲੈ ਕੇ ਵੀ ਕਈ ਭਵਿੱਖਬਾਣੀਆਂ ਕੀਤੀਆਂ ਨੇ ਪਹਿਲਾਂ ਕੁਝ ਉਹਨਾਂ ਦੀਆਂ ਸੱਚ ਸਾਬਤ ਹੋਈਆਂ ਨੇ ਅਜੇ ਕੁਝ ਬਾਕੀ ਨੇ ਸਾਧ ਸੰਗਤ 2023 ਲਈ ਬਾਬਾ ਵੇਂਗਾ ਦੀਆਂ ਭਵਿੱਖਬਾਣੀਆਂ ਕੀ ਨੇ ਧਿਆਨ ਨਾਲ ਸੁਣਿਓ ਪਹਿਲਾ ਪੁਆਇੰਟ ਬਾਬਾ ਵੇਂਗਾ ਨੇ ਕਿਹਾ ਸੀ 2023 ਦੇ ਵਿੱਚ ਇੱਕ ਵੱਡੇ ਪਰਮਾਣੂ ਪਾਵਰ ਪਲਾਂਟ ਦੇ ਵਿੱਚ ਤਮਾਕੇ ਦੀ ਭਵਿੱਖਬਾਣੀ ਇਸ ਕਾਰਨ ਪੂਰੇ ਏਸ਼ੀਆ ਵਿੱਚ ਜ਼ਹਿਰੀਲੇ ਬੱਦਲ ਫੈਲਣਗੇ ਇਸ ਸਾਲ ਲਈ ਇੱਕ ਸ਼ਕਤੀਸ਼ਾਲੀ ਸੂਰਜੀ ਤੂਫਾਨ ਦੀ ਭਵਿੱਖਬਾਣੀ 2023 ਦੇ ਵਿੱਚ ਧਰਤੀ ਦੇ ਜਲਵਾਯੂ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਵੀ ਕਰੇਗਾ ਹੁਣ ਦੂਸਰਾ 2023 ਦੇ ਵਿੱਚ ਇਸ ਸਾਲ ਤੀਸਰਾ ਵਿਸ਼ਵ ਯੁੱਧ ਹੋ ਸਕਦਾ ਹੈ ਜਿਸ ਵਿੱਚ ਪਰਮਾਣੂ ਹਮਲਾ ਵੀ ਹੋ ਸਕਦਾ ਹੈ ਇਹ جنگ ਪੂਰੀ ਦੁਨੀਆ ਵਿੱਚ ਤਬਾਹੀ ਮਚਾਏਗੀ ਹੁਣ ਨੰਬਰ 3 2023 ਦੇ ਵਿੱਚ ਇੱਕ ਵੱਡੀ ਖਗੋਲੀ ਘਟਨਾ ਵਾਪਰੇਗੀ ਜਿਸ ਵਿੱਚ ਧਰਤੀ ਦੇ ਚੱਕਰ ਵਿੱਚ ਤਬਦੀਲੀ ਹੋਏਗੀ ਇਸ ਘਟਨਾ ਦਾ ਵਾਤਾਵਰਣ ਤੇ ਡੂੰਘਾ ਅਸਰ ਪਵੇਗਾ ਧਰਤੀ ਨੂੰ ਇਸ ਦੇ ਗੰਭੀਰ ਨਤੀਜੇ ਵੀ ਭੁਗਤਣੇ ਪੈਣਗੇ ਹੁਣ ਕਈ ਅਜੀਬ ਵਿਗਿਆਨਿਕ ਕਾਢਾਂ ਹੋਣਗੀਆਂ ਕੁਝ ਦੇਸ਼ ਜੈਵਿਕ ਹਥਿਆਰਾਂ ਦੀ ਖੋਜ ਕਰਨਗੇ ਇਸ ਪ੍ਰਯੋਗ ਦੇ ਨਤੀਜੇ ਵਜੋਂ ਵੱਡੀ ਗਿਣਤੀ ਵਿੱਚ ਲੋਕਾਂ ਦੀ ਮੌਤ ਹੋ ਸਕਦੀ ਹੈ 2023 ਨੂੰ ਹਨੇਰੇ ਅਤੇ ਦੁਖਾਂਤ ਦਾ ਸਾਲ ਦੱਸਿਆ ਗਿਆ ਵਾਵਾ ਵੇਂਗਾ ਦੀ ਭਵਿੱਖ ਬਾਣੀ ਦੇ ਅਨੁਸਾਰ ਇਸ ਸਾਲ ਭਾਰਤ ਦੇ ਵਿੱਚ ਬੇਮੌਸਮੀ بارش ਹੋਵੇਗੀ ਅਤੇ ਕਈ ਹਿੱਸਿਆਂ ਵਿੱਚ ਤੇਜ਼ ਹਨੇਰੀ ਵੀ ਆ ਸਕਦੀ ਹੈ 2023 ਦੇ ਵਿੱਚ ਕੁਦਰਤੀ ਜਨਮ ਤੇ ਪਾਬੰਦੀ ਲਗਾਈ ਜਾ ਸਕਦੀ ਹੈ ਬੱਚਿਆਂ ਨੂੰ ਪ੍ਰੋਗਸ਼ਾਲਾਵਾਂ ਵਿੱਚ ਵਿਕਸਿਤ ਕੀਤਾ ਜਾਵੇਗਾ ਆਪ ਮਾਪੇ ਆਪਣੀ ਦਿੱਖ ਲਿੰਗ ਅਤੇ ਗੁਣਾ ਬਾਰੇ ਫੈਸਲਾ ਕਰਨ ਦੇ ਯੋਗ ਹੋਣਗੇ ਹੁਣ 2023 ਦੇ ਵਿੱਚ ਇਹ ਸਭ ਕੁਝ ਹੋਣਾ ਹੈ ਕੁਝ ਹੋ ਚੁੱਕਿਆ ਹੈ ਤੇ ਕੁਝ ਹਲੇ ਹੋਣਾ ਬਾਕੀ ਹੈ ਪਿਆਰਿਓ ਪਰ ਯਾਦ ਰੱਖਿਓ ਇਥੇ ਵੱਖੋ ਵੱਖਰੇ ਚੈਨਲਾਂ ਵੱਲੋਂ ਇਹ ਗੱਲ ਜਿਹੜੀ ਹੈ ਸ਼ੇਅਰ ਕੀਤੀ ਜਾ ਰਹੀ ਹੈ ਵਾਵਾ ਵੇਂਗਾ ਦੀਆਂ ਭਵਿੱਖ ਬਾਣੀਆਂ ਨੂੰ ਸੱਚ ਕਰਕੇ ਮੰਨਿਆ ਜਾ ਰਿਹਾ ਹੈ ਕਿਉਂਕਿ ਪਹਿਲੀਆਂ ਭਵਿੱਖ ਬਾਣੀਆਂ ਸੱਚ ਹੋ ਚੁੱਕੀਆਂ ਨੇ ਹੁਣ 2023 ਦੇ ਲਈ ਜੋ ਉਹਨਾਂ ਨੇ ਕਿਹਾ ਹੋਇਆ ਉਹ ਸੱਚ ਹੁੰਦਾ ਜਾ ਰਿਹਾ ਕੋਈ 2-3 ਚੀਜ਼ਾਂ ਸੱਚ ਹੋ ਚੁੱਕੀਆਂ ਨੇ ਕੁਝ ਹਲੇ ਜੋ ਹੋਰ ਕਹੀਆਂ ਜਾ ਰਹੀਆਂ ਨੇ ਉਹ ਸੱਚ ਹੋਣ ਦਾ ਕਗਾਰ ਤੇ ਖੜੀਆਂ ਨੇ ਪਰ ਪਿਆਰਿਓ ਯਾਦ ਰੱਖਿਓ ਕੁਦਰਤੀ ਆਫਤਾਂ ਕੁਝ ਵੀ ਹੁੰਦਾ ਨਾ ਪਰਮਾਤਮਾ ਖੁਦ ਸਹਾਈ ਹੋਣਗੇ ਸ਼ਬਦ ਨਾਲ ਜੁੜਿਓ ਗੁਰਬਾਣੀ ਦੇ ਨਾਲ ਜੁੜਿਓ ਕਬਰਾਇਓ ਨਾ ਵੀ ਐ ਹੋਜੂ ਇਹ ਹੋਜੂ ਪਰ ਰੱਬ ਨਾਲ ਜੁੜੇ ਰਹੋ ਤੇ ਪਿਆਰਿਓ ਨੂੰ ਕਿਹੋ ਵੀ ਪਰਮਾਤਮਾ ਤੁਸੀਂ ਹੀ ਸਾਰੇ ਕਾਰਜ ਰਾਸ ਕਰਨੇ ਨੇ ਇਨ੍ਹਾਂ ਆਫਤਾਂ ਤੋਂ ਤੁਸੀਂ ਹੀ ਬਚਾਉਣਾ ਹੈ ਤੁਸੀਂ ਸਹਾਈ ਹੋ ਪਰਮਾਤਮਾ ਨੂੰ ਸਹਾਈ ਕਰਿਓ ਵਿੱਚ ਤੇ ਪਿਆਰਿਓ ਤੁਹਾਡਾ ਭਲਾ ਸਰਬੱਤ ਦਾ ਭਲਾ ਜ਼ਰੂਰ ਮੰਗਿਓ ਪਰਮਾਤਮਾ ਆਪ ਸਾਰੇ ਕਾਰਜ ਸਹਾਈ ਕਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ